ਅੱਜ ਹਰਭੇਜ ਤੇਰਾ ਹੱਕ ਬਣਦਾ ਅਸਲ ਦੇ ਵਿੱਚ। ਹਾਂ 150 ਤਾਂ ਦੇਵੇਂ ਟੋਲਦਾ ਇਹੂ ਤੇ 100 ਰੁਪਈਆ ਦੇਵੇਂ ਸ਼ਗਨ ਤੌਰ ਤੇ ਮੁੰਡਿਆਂ ਨੂੰ। ਉਹਨਾਂ ਨੂੰ ਵੀ ਤੇ ਸਾਨੂੰ ਉਹਨਾਂ ਨੂੰ ਵੀ ਦੇਵੇਂ ਨਾਲ, ਇਹਨਾਂ ਨੂੰ ਵੀ ਦੇ ਕੇ ਜਾਵੇਂ ਵੀ ਭਾਈ ਅੱਜ ਮੈਂ ਚੱਲਿਆ ਖੁਸ਼ੀ ਵਾਲੇ ਕੰਮ, ਅੱਜ ਵੱਡੇ ਕੰਮ ਚੱਲੇ ਆ। ਦੱਸਦਿਆਂ ਹਰਭੇਜ ਕੇ ਨਾਂ ਦੱਸਾਂ, ਦੱਸਦੇ ਰਿਵੀਲ ਕਰਦੇ ਬਈ ਮਤਲਬ ਅੱਜ ਕੈਮਰਾ ਲੈਣ ਚੱਲੇ ਆ ਬੜਾ ਚੰਗਾ। ਜੇ ਤੁਸੀਂ ਨਾ ਮੇਰੀ ਸੱਚੀ ਗੱਲ ਪੁੱਛੋ, ਚੌੜ ਨਾ ਰਹਿ ਗਈ ਚੌੜ। ਇਹ ਨਾ ਅਗਲੇ ਨੂੰ ਜਿਹੜੇ ਤਾਂ ਹੋਣਗੇ ਤਕੜੇ ਬੰਦੇ ਦੇਖਦੇ, ਉਹਨਾਂ ਨੂੰ ਤਾਂ ਐਂ ਲੱਗੂਗਾ ਵੀ ਯਾਰ ਕੀ ਆ ਕੈਮਰਾ। ਪਰ ਸਾਨੂੰ ਪਤਾ ਅਸੀਂ ਜਿਹੋ ਜਿਹੇ ਹਾਲਾਤਾਂ 'ਚ ਉੱਠੇ ਹਾਂ, ਸਾਡੇ ਵਾਸਤੇ ਉਹ ਕੀ ਚੀਜ਼ ਆ ਹਰਭੇਜ, ਹੈ ਨਾ? ਡਿਜੀਟਲ ਟੂਰ ਡਿਜੀਟਲ ਟੂਰ ਠੀਕ ਆ ਠੀਕ ਆ ਪੁੱਤ ਠੀਕ ਆ। ਅਤੇ ਉਹਦਾ ਨਾ ਸਾਡੇ ਵਾਸਤੇ ਵੈਸੇ ਤਾਂ ਲੈਣਾ ਵੀ ਲੇਟੈਸਟ ਆ, ਜਿਹੜਾ ਆਪਾਂ ਕੈਨਨ ਦਾ ਇਸ ਵਕਤ ਉਹ ਕੈਮਰਾ ਲੈਣਾ ਜਿਹੜਾ ਕੈਨਨ ਦਾ ਸਭ ਤੋਂ ਟੌਪ ਦਾ ਕੈਮਰਾ, ਆਪਾਂ ਉਹ ਲੈਣਾ ਜਿਹੜਾ ਕੈਨਨ 'ਚ ਸਭ ਤੋਂ ਜ਼ਿਆਦਾ ਫੁੱਲ ਫੀਚਰਡ ਸਭ ਤੋਂ ਜ਼ਿਆਦਾ ਕੁਆਲਿਟੀ ਵਾਲਾ ਕੈਮਰਾ। ਹੁਣ ਤੁਸੀਂ ਹਰਭੇਜ ਦੇ ਪੇਜ 'ਤੇ ਨਾ ਵੀਡੀਓ ਉਹ ਦੇਖਿਆ ਕਰੋਗੇ ਵੀ ਜਿਹਨੂੰ ਤੁਸੀਂ ਸਿਨੇਮਾ ਹਾਲ ਦੇ ਵਿੱਚ ਵੀ ਲਾ ਕੇ ਦੇਖੋਗੇ ਤਾਂ ਉਹ ਚੱਲਿਆ ਕਰਨਗੇ। ਹਰਭੇਜ ਐਵੇਂ ਹੀ ਆ ਨਾ, ਤਿਆਰੀ ਸਲੋ ਮੋਸ਼ਨ ਵਾਲਾ ਪੂਰਾ ਘੈਂਟ ਕੈਮਰਾ ਲੈਣਾ। ਮੈਂ ਕਹਿੰਦਾ ਯੂਟਿਊਬਰਾਂ ਕੋਲੇ ਜਾਂ ਤੁਹਾਡੇ ਕੋਲੇ ਆ ਪਹਿਲਾਂ, ਹੈ ਨਾ? ਹਾਂ, ਹੋਰ ਉਸ ਦਾ ਬਹੁਤ ਘੱਟ ਆ। ਉਦੋਂ ਜਿਹੜਾ ਰੱਤੀ ਭੋਰਾ ਹਰਭੇਜ ਇਹਦਾ ਪ੍ਰੀਤ ਨੂੰ ਭੋਰਾ ਆਪਾਂ ਗਾਹਾਂ ਲੈਣਾ, ਪ੍ਰੀਤ ਰਾਹਾਂ ਲੈਣਾ ਵਾ। ਉਹਨੂੰ ਕਹਿ ਦਾਂਗੇ ਮਾੜਾ ਜਿਹਾ ਮਿੱਠਾ ਵੱਧ ਪਾ ਦੇ, ਲੈਂਜ ਵੀ ਨਵੇਂ ਤੇ ਕੈਮਰਾ ਦਾ ਨਾਂ ਤਾਂ ਦੱਸ ਦੇਗੇ ਉੱਥੇ ਜਾ ਕੇ, ਆਪਾਂ ਦੱਸਦੇ ਆ ਨਾਲ ਜਾ ਕੇ ਦੱਸਦੇ ਆ, ਹਜੇ ਸਾਨੂੰ ਵੀ ਨਹੀਂ ਭੇਤ, ਉੱਥੇ ਜਾ ਕੇ ਤੁਹਾਨੂੰ ਦੱਸਦੇ ਆ ਵੀ ਕਿਹੜਾ ਕੈਮਰਾ ਲੈਣ ਲੱਗੇ ਆ ਤੇ ਕੀ ਫੀਚਰ ਆ, ਤੁਹਾਨੂੰ ਸਾਰਾ ਕੁਝ ਦੱਸਦੇ ਆ, ਲੁਧਿਆਣੇ ਦੁਕਾਨ ਤੇ ਪਹੁੰਚ ਕੇ ਦੱਸਦੇ ਆ। ਓਕੇ ਲਓ ਜੀ, ਆ ਗਿਆ ਸੋਹਣੇ ਸੱਜਣੋ ਆਰ 6 ਮਾਰਕ 2 ਮਾਰਕ 2 ਵੱਡੀ ਗੱਲ ਖੋਲੋ, ਲਿਓ ਜੀ ਖੋਲੋ, ਬਸ ਲਿਆ ਗਿਆ ਹੋ ਗਿਆ। ਇਹਦਾ ਸਾਰਾ ਰਿਵਿਊ ਵੀ ਕਰਾਂਗੇ? ਹਾਂ ਸਾਰਾ ਦੱਸਣਗੇ, ਇਹ ਦੱਸਣਗੇ ਕੀ ਹੈ ਇਹਦੇ ਵਿੱਚ, ਖਾਸੀਅਤ ਕੀ ਆ, ਆਪਾਂ ਨੂੰ ਦੱਸਣਗੇ ਗੁਪਤਾ ਜੀ ਕੈਨਨ ਦਾ ਇਹ। ਹਾਂ ਲਓ ਵੀ ਸੱਜਣੋ, ਲਿਓ ਨੇੜੇ ਲਿਓ, ਆਹ ਦੇਖ ਇਹਦੇ ਵਿੱਚ ਬਲਾ ਕੁਛ, ਅੱਗੇ ਸਾਡੇ ਬਾਰੇ ਤਾਂ ਦਿੱਤਾ ਹੀ ਕੁਛ ਨਹੀਂ ਇਹਨਾਂ ਨੇ, ਆਰਸੀਆਂ ਉਰਸੀਆਂ ਕਾਗਜ਼ ਪੱਤਰ ਸਾਰਾ। ਹਾਂ ਦੇਖੋ ਆਹ ਦੇਤਾ ਇਹਨਾਂ ਨੇ ਬੜਾ ਕੁਛ, ਚਾਰਜਰ ਬੱਲੇ ਬੱਲੇ ਬੱਲੇ, ਲੈ ਬੁੱਧਰੀਆਂ ਸ਼ੁੱਧਰੀਆਂ, ਹਜੇ ਆਪਾਂ ਸਹੀ ਟਿਕਾਣੇ ਤੱਕ ਤਾਂ ਪਹੁੰਚੇ ਹੀ ਨਹੀਂ। ਲੈ ਆਹ ਕੀ ਆ, ਆਹ ਕੀ ਲੈਂਸ ਦਾ ਬੈਗ ਹੈ, ਲੈਂਸ ਦਾ ਬੈਗ ਇਹ ਜ਼ਰੂਰੀ ਆ, ਇਹ ਹੁੱਡ ਆ ਟੱਕਾ ਆ ਟੱਕਾ ਮੂਰੇ ਵਾਲਾ ਆ ਜੋ ਜਿਹੜੀ ਉਹ ਸਟੀਲ ਮਤਲਬ ਮੈਟਲ ਬੋਡੀ ਆ, ₹95,000 ਮਾਊਂਟ ਦੇ ਦਿਓ ਇੱਕ, ਤੇ ਲੈਂਸ ਕਿਹੜੇ ਕਿਹੜੇ ਹੈਗੇ ਆਲਰੇਡੀ ਮੈਂ ਤੁਹਾਨੂੰ ਦੱਸਦਾ, ਇੱਕ ਤਾਂ ਮਾਊਂਟ ਦੇ ਦਿਓ, ਇੱਕ ਸਾਨੂੰ ਇਹਦੇ ਤੇ ਲੱਗਣ ਵਾਲਾ 16 ਦਾ ਲੈਂਸ ਦੇ ਦਿਓ, ਵਾਈਡ ਐਂਗਲ ਦੇ ਦਿਓ। ਹਾਂ ਦੋ ਦੋ ਦੇ ਦਿਓ, ਠੀਕ ਹੈ 16 ਵਾਲਾ ਨਹੀਂ, ਪਿਛਲੀ ਵਾਰ ਲੈ ਗਿਆ ਸੀ 16 ਐਲ ਜੀ ਜੀ, ਉਦੋਂ ਮੁੜ ਕੇ ਗਿਆ ਸੀ, ਅਸੀਂ ਲੈ ਲਾਂਗੇ ਇੱਕ ਹਰਭੇਜ ਲੈ ਲੂਗਾ, ਦੋ ਲੈਂਸ ਦੇ ਦਿਓ, ਠੀਕ ਹੈ, ਤੇ ਇੱਕ ਮਾਊਂਟ ਦੇ ਦਿਓ। ਸਾਡੇ ਕੋਲ 50 ਦਾ ਲੈਂਜ ਹੈਗਾ, 85 ਦਾ ਲੈਂਜ ਹੈਗਾ, 70-200 ਹੈਗਾ, ਉਹ ਸਾਰੇ ਲੱਗਣ ਵਾਲੇ ਨੇ, ਦੇ ਦੋ ਲੈਂਸ ਦੇ ਦੇਣਾ। ਹਾਂ 60 ਦੇ ਦੋ ਲੈਂਜ ਦੇ ਦਿਓ, ਦੋ ਠੀਕ ਹੈ ਜੀ। ਇਹ ਲੈਂਜ ਕਿੰਨੇ ਦਾ ਵੀਰੇ? ਉਹਦੀ ਲਗਾ ਦੇਣਾ, ਇਹ ਲੈਂਸ ਉਹ ਲੈਂਸ ਉਹ ਤਾਂ ਲਗਾਈ ਦੇ ਲੈ, ਠੀਕ ਆ। ਤੇ ਮੈਮਰੀ ਕਾਰਡ ਕਿੰਨੇ GB ਦੇਵਾਂ? ਮੈਮਰੀ ਕਾਰਡ ਆਪਣੇ ਕੋਲ ਹੈਗੇ, ਮੈਂ ਲਾਸਟ ਟਾਈਮ ਲੈ ਗਿਆ ਸੀ ਤੁਹਾਡੇ ਕੋਲ ਕੈਮਰਾ, ਪਹਿਲਾਂ ਕਿਹੜਾ ਸੀ ਮਾਡਲ? 200D ਪਹਿਲੇ 200D ਮਾਰਕ 2 ਇਹਦੇ ਚ ਕਾਰਡ ਡਿਫਰੈਂਟ ਪੈਣਾ, ਉਹ ਪੈਣੇ ਨਹੀਂ ਪਾ ਸਕਦੇ ਹੋ, ਲੇਕਿਨ ਤੁਸੀਂ ਵੀਡੀਓ ਸ਼ੂਟ ਕਰ ਰਹੇ ਹੋ, ਵੀਡੀਓ ਵਾਸਤੇ ਹਾਈ ਸਪੀਡ ਕਾਰਡ ਲੈਣਾ ਪਏਗਾ। ਹਾਈ ਸਪੀਡ ਵੀ ਅੱਗੇ ਦੇਖ, ਗੱਲ ਸੁਣ ਮੇਰੀ, ਇੱਕ ਹੁੰਦਾ ਹੜੰਬਾ, ਇੱਕ ਹੁੰਦੀ ਹੈ ਡਰੰਮੀ। ਹਾਂ ਉਹ ਹੈਗੀ ਹੈ ਡਰੰਮੀ, ਇਹ ਹੜੰਬਾ ਇੰਨਾ ਰੁੱਗ ਖਿੱਚਣਾ ਨਹੀਂ ਨਹੀਂ ਫਿਰ ਉਹ ਹਾਈ ਸਪੀਡ ਕਿਹੜੇ ਲਈ ਸੀ ਆਪਾਂ? ਕਿ ਜੇ ਜਹਾਜ਼ ਖਰੀਦਿਆ ਤੇ ਵਾਈਟ ਪੈਟਰੋਲ ਹੀ ਪੈਣਾ। ਹਾਂ ਲੈ ਵੀ ਗੱਲ,
ਤੇ ਉਹਦਾ ਮਹਿੰਗਾ ਬਹੁਤ ਹੋਊਗਾ ਚਲ ਲੈ ਲੈਣੇ ਆ ਫਿਰ ਹਾਂ ਲੈ ਲੈ ਉਹ ਵੀ ਲੈ ਲੈਣੇ ਆਪਾਂ ਮਹਿੰਗਾ ਸਸਤਾ ਤੋੜੂ ਤੇ ਉਹ ਅੱਗੇ ਅੱਗੇ ਮੈਂ ਕਹਿੰਦਾ ਵੱਡੇ ਨਹੀਂ ਲੈ ਕੇ ਗਏ ਆਪਾਂ ਤੁਹਾਨੂੰ 128 GB ਦੇ ਦੇਣਾ ਆ ਦੇ ਦੇ ਬਾਈ 128 ਤੁਹਾਡਾ ਇੱਕ ਨਾਲ ਹੀ ਕੰਮ 128 GB ਦੇ ਦੇ ਇਹਨਾਂ ਕੋਲ 64 GB ਕੋਈ ਆ ਹਰੇ ਤੁਹਾਨੂੰ 128 GB ਨਾਲ ਹੀ ਕੰਮ ਆਪਾਂ ਬਾਬਾ ਸਹੀ ਜੇ ਤੇਰੇ ਕੋਲ ਪੂਰੀ ਸਪੀਡ ਵਾਲਾ ਹੈਗਾ ਫੁੱਲ ਸਪੀਡ ਵਾਲਾ ਹਾਂ ਤਾਂ ਫਿਰ ਤੂੰ ਰਹਿਣ ਦੇ ਕੇ ਸ਼ੁਕੀ ਬਾਈ ਇਹ ਚ ਨਾ ਆ ਪੈਣਾ 260 ਤੁਹਾਡੇ ਕੋਲ ਹੈ 230 ਕਾਰਡ तीन लाइन च ट्रैफिक आई जांदा गां जाके खराब होके एक लाइन च रह जे तां फिर गड्डियां लंघणों हट जांदियां जे टू कोर दी तारा पाईया एसी चलनगे हवा देनगे लेकिन जे तुसी चार एसी लाते ते जे फोर कोर ते ही होना कम ते फोर कोर ही चाहिए थी। बस बस चल ले लो फिर ए, ए, डाटा इना थब्बे च बनाउन वास्ते इना थब्बे च नहीं मुंह चाहिदा एदा इना मुंह बस बस ठीक है चलो ए ले लो हां ए बड्डा बड्डा बनना बड्डी गल बड्डा बंदा बन 216 GB दे कार्ड ओ दियो दर्शको अपना आ रहा बार आ गया अच्छा डायरेक्ट ही लगूगा ना की लेंस 16 वाला अच्छा अच्छा ठीक है एक बैटरी दे कोई ਇਹਨਾਂ ਨੂੰ ਮਾੜਾ ਦੇ ਦੇ ਯਾਰ ਤੂੰ ਮਾੜਾ ਜਾ ਇਹ ਚੰਗਾ ਇਹ ਟੱਕਰ ਚ ਬਰਾਬਰ ਯਾਰ ਮੇਰੇ ਪਰ ਤੁਹਾਡੇ ਕੋਲ ਤਾਂ ਪਹਿਲਾਂ ਆ ਜਾ ਹਾਂ ਹਾਂ ਇੱਕ ਮੇਰੇ ਕੋਲ 43 mm ਦਾ ਅਲਟਰਾ ਵਾਲਟ ਚ ਦੋਨੋਂ ਮਿਲ ਜਾਂਦੇ ਇੱਕ ਬੈਟਰੀ ਦੇ ਦੋ ਬਾਕੀ ਦਾ ਰਿਵਿਊ ਆਪਾਂ ਅੱਡ ਵੀ ਵਿਕੇਸ਼ਨਸ ਤੇ ਜਾ ਕੇ ਉਹ ਤਾਂ ਆਪਾਂ ਦਿਖਾ ਕੇ ਪਾਵਾਂਗੇ ਨਾ ਵੀ ਕਿਵੇਂ ਕਿੰਨੀ ਕੁਆਲਿਟੀ ਕਿੰਨੀ ਆ ਬੈਟਰੀ ਕਿੰਨੀ ਘੱਟ ਜਾਂਦੇ ਵੀਰੇ ਇਹ ਜਿਹੜੇ ਨਾਲ ਇੱਥੇ ਬੈਟਰੀ ਤੁਹਾਨੂੰ ਮਿਲ ਰਹੀ ਹੈ ਉਹ 1000 ਪਲੱਸ ਫੋਟੋ ਖਿੱਚੇਗੀ 1 ਘੰਟਾ ਪਲੱਸ ਵੀਡੀਓ ਇੱਕ ਹੋਰ ਆ ਗੱਲ ਬਾਈ ਇਹ ਜਿਵੇਂ ਆਮ ਆਪਾਂ ਜਦੋਂ 80 ਲਿਆ ਸੀਗਾ ਤੁਹਾਡੇ ਤੋਂ ਉਦੋਂ ਕਹਿੰਦੇ ਸੀਗੇ ਵੀ ਇਹ 1 ਲੱਖ ਫੋਟੋ ਤੇ ਇਹਦਾ ਸ਼ਟਰ ਘਸ ਜਾਂਦਾ ਇਹ ਇਹਦੀ ਕੀ ਕੰਪੈਸਿਟੀ ਨਹੀਂ ਚਲਾਈ ਜਾਂਦਾ ਇਹ ਤਾਂ ਮੇਰੇ ਲਈ ਸ਼ਟਰ ਵਾਲਾ ਸਿਸਟਮ ਨਹੀਂ ਕੋਈ ਪ੍ਰੋਬਲਮ ਮੇਰੀ ਬੈਟਰੀ ਤਾਂ ਫਿਰ ਘੱਟ ਕੱਢਦੀ ਆ ਹੋਰ ਦਿੱਤੀ ਦੋ ਬੈਟਰੀਆਂ ਦੋ ਬੈਟਰੀਆਂ ਯਾਰ ਦੋ ਬੈਟਰੀਆਂ ਨਾ ਬੈਟਰੀ ਤਾਂ ਤੁਸੀਂ ਚਾਹੇ 4 ਲੈ ਲਓ ਸਾਡੇ ਵੱਲੋਂ ਨਾ ਦੇਖੀ ਆ ਮੇਰੀ ਫੋਟੋ ਖਿੱਚਦਾ ਦੋ ਤਰ੍ਹਾਂ ਨਾਲ ਕੰਮ ਕਰਦਾ ਇੱਥੇ ਹੋਰ ਵਾਈਡ ਹੋ ਗਿਆ ਇੱਥੇ ਬਾਈ ਦਿੰਦਾ ਨਾ ਆਪਾਂ ਨੂੰ ਨਾਲ ਸ਼ਰਟ ਦਿੰਦੀ ਆ ਇੱਥੇ ਦਿਸ ਨਹੀਂ ਰਹੀ ਹਾਂ ਤੇ ਆਪਾਂ ਨੂੰ ਇਹ ਮਤਲਬ ਸਿਰਾ ਗੱਲਬਾਤ ਯਾਰ ਇਹਦੀ ਸਟੇਬਿਲਟੀ ਵੀ ਜਿੰਨੀ ਕੁ ਆਪਾਂ ਹੁਣ ਹੱਥ ਹਿੱਲਣ ਨਹੀਂ ਦਿੰਦੇ ਤੇ 16 ਦੀ ਲੈਂਜ ਤੇ ਨਹੀਂ ਆਪਣਾ ਹਿੱਲਦਾ ਇਹ 50 ਤੇ ਜਾ ਕੇ ਆਪਾਂ ਨੂੰ ਤੰਗੀ ਦੇਊਗਾ 16 ਦਾ ਹੀ ਲੱਗਿਆ ਇਹਨੂੰ ਹਾਂ ਆ ਦੇਖੋ ਹੁਣ ਇੱਥੇ ਆਪਾਂ ਬੱਲੇ ਇੱਥੇ ਆਪਾਂ ਇੰਨੀ ਕੁ ਤਾਂ ਆਰਾਮ ਨਾਲ ਐ ਚਲਾ ਹੀ ਸਕਦੇ ਹਾਂ ਲੈ ਹਾਂ ਇੱਕ ਮਿੰਟ ਹਾਂ ਜਿਵੇਂ ਹੁਣ ਮੰਨ ਕੇ ਚੱਲ ਵੀ ਇੰਨੀ ਕੁ ਤਾਂ ਜਿੰਨਾ ਕੁ ਆਪਣਾ ਹੱਥ ਟਿਕਿਆ ਵਾ ਲੈ ਹਾਂ ਇੰਨੇ ਕੁ ਜਿਹਾ ਲੈ ਆਰਾਮ ਨਾਲ ਚਲਾਈ ਫਿਰ ਲੈ ਸਹੀ ਹੈ ਬਲੌਗਿੰਗ ਕੈਮਰਾ ਬਣ ਗਿਆ ਸਮੂਥ ਤਾਂ ਬਹੁਤ ਆ ਯਾਰ ਹਾਂ ਵੀ ਇੰਨੇ ਕੁ 'ਚ ਤਾਂ ਹੱਥ 'ਤੇ ਇੰਨੇ ਕੁ ਤਾਂ ਤੇਰੇ ਮੋਨੋਪੋਡ 'ਤੇ ਹੀ ਵਧੀਆ ਕੰਮ ਦਿਓ ਆਪਾਂ ਨਾ ਬਾਕੀ ਇਹਦਾ ਰਿਵਿਊ ਪੂਰਾ ਐਂ ਧੁੰਨ ਕੇ ਰਿਵਿਊ ਪੂਰਾ ਕਿੰਨੇ 'ਚ ਪੈ ਗਿਆ ਜਗਾੜ ਇਹ ਤਾਂ ਹੁਣੇ ਦੱਸ ਦਿੰਦੇ ਹਾਂ ਧੰਨਵਾਦ।